हेलो। हाँ जी अपनी वर्ल्ड डाटा फॉर्म भर के फाइल सबमिट करवा दो। हाँ जी सर, मैं आज ही करवा दूंगा। ओके नेम गुरमुख सिंह, 9872489840, हाउस नंबर 240, मॉडल टाउन मानसा, सिग्नेचर सरदार गुरमुख सिंह, पासपोर्ट साइज फोटो। ਇਹ ਸਿੱਕਾ, ਇਹ ਤਾਂ ਉਸ ਦਿਨ मॉडल टाउन बैठो। भाई जी अखबार दे जी। थोड़े ते एक चुटकला आया है, सुनावा। एक सरदार डॉक्टर को जाता है। ਡਾਕਟਰ ਉਹਨੂੰ ਦੱਸਦਾ ਕਿ ਤੇਰੇ ਦਿਮਾਗ 'ਚ ਟਿਊਮਰ ਹੈ। ਖੁਸ਼ੀ ਨਾਲ ਪਾਗਲ ਹੋ ਜਾਂਦਾ, ਕਹਿੰਦਾ ਲੋਕ ਐਵੇਂ ਹੀ ਕਹਿੰਦੇ ਰਹਿੰਦੇ ਆ, ਮੇਰੇ ਦਿਮਾਗ ਹੈ ਨਹੀਂ, ਦਿਮਾਗ ਹੈ ਨਹੀਂ। ਕਹਿੰਦਾ ਮੈਨੂੰ ਤਾਂ ਅੱਜ ਪਤਾ ਲੱਗਿਆ ਮੇਰੇ ਦਿਮਾਗ ਵੀ ਹੈਗਾ। ਤੁਹਾਡਾ ਨਾਮ ਕੀ ਹੈ ਬਾਈ ਜੀ? ਨਿਸ਼ਾਨ ਸਿੰਘ। ਮੇਰਾ ਨਾਮ ਗੁਰਮੁਖ। ਨਿਸ਼ਾਨ ਸਿੰਘ, ਤੁਸੀਂ ਆ ਸਿਰ 'ਤੇ ਕੱਪੜਾ ਕਿਉਂ ਬੰਨ੍ਹਦੇ ਹੋ? ਕੀ ਫਾਇਦਾ ਇਹਨੂੰ ਬੰਨਣ ਦਾ? ਤੁਹਾਡਾ ਸਿਰ ਨਹੀਂ ਘੁੱਟਦਾ? ਤੁਸੀਂ ਆਮ ਲਾਈਫ ਇੰਜੋਏ ਕਰੋ, ਇਹ ਸਭ ਕੀ ਹੈ? ਇੱਥੇ ਗੇਟ 'ਤੇ ਰੋਕ ਦਿਓ। ਕਿੰਨੇ ਪੈਸੇ ਹੋ ਗਏ? 10 ਰੁਪਏ। ਹਾਂ ਲਓ, ਲਾਈਫ ਇੰਜੋਏ ਕਰਿਆ ਕਰੋ। ਉਹ ਗੁਰਮੁਖ, ਤੈਨੂੰ ਪਤਾ ਕੌਣ ਹੁੰਦੇ ਨੇ ਸਰਦਾਰ? ਹਿੰਦੁਸਤਾਨ ਦੀ ਇੱਜ਼ਤ ਨੂੰ ਅਬਦਾਲੀ ਦੀ ਫੌਜ ਤੋਂ ਬਚਾਉਣ ਵਾਲੇ ਯੋਧੇ ਨੇ ਸਰਦਾਰ। ਦੇਸ਼ ਦੀ ਫੌਜ ਦਾ 80% ਹਿੱਸਾ ਜੋ ਸਰਹੱਦਾਂ 'ਤੇ ਦੇਸ਼ ਦੀ ਰਾਖੀ ਕਰਦਾ ਹੈ, ਉਹ ਹੁੰਦੇ ਨੇ ਸਰਦਾਰ। ਦੇਸ਼ ਦੀ ਆਜ਼ਾਦੀ ਲਈ ਜੋ ਫਾਂਸੀਆਂ 'ਤੇ ਚੜ੍ਹੇ ਆਪਣੇ ਸਿਰ ਲਹਾ 'ਤੇ, ਉਹ ਹੁੰਦੇ ਨੇ ਸਰਦਾਰ। ਨਾਲੇ ਜਿਸ ਨੂੰ ਤੂੰ ਸਿਰ 'ਤੇ ਲਪੇਟਣ ਵਾਲਾ ਕੱਪੜਾ ਕਹਿਣਾ, ਉਹ ਸਾਡੇ ਗੁਰੂ ਦੀ ਬਖਸ਼ਿਸ਼ ਹੈ, ਸਾਡਾ ਮਾਣ ਹੈ, ਸਾਡੀ ਦਸਤਾਰ। ਅਤੇ ਰਹੀ ਗੱਲ ਲਾਈਫ ਇੰਜੋਏ ਕਰਨ ਦੀ, ਮਿਹਨਤ ਦੀ ਰੋਟੀ ਖਾਣ 'ਚ ਜੋ ਇੰਜੋਏ ਨਾ, ਉਹ ਦੁਨੀਆ ਦੀ ਕਿਸੇ ਚੀਜ਼ 'ਚ ਨਹੀਂ। ਆ ਚੱਕਰ ਪੀਆ, ਜੇ ਤੈਨੂੰ ਕਦੇ ਕੋਈ ਸਰਦਾਰ ਭੀਖ ਮੰਗਦਾ ਮਿਲਿਆ ਨਾ, ਤਾਂ ਇਹ ਸਿੱਕਾ ਉਸ ਸਰਦਾਰ ਨੂੰ ਦੇ ਦੇਵੀਂ। ਤੇ ਪਿਛਲੇ 10 ਸਾਲਾਂ ਤੋਂ ਅੱਜ ਵੀ ਇਹ ਸਿੱਕਾ ਮੈਂ ਆਪਣੀ ਜੇਬ ਵਿੱਚ ਲੈ ਕੇ ਘੁੰਮ ਰਿਹਾ, ਪਰ ਮੈਨੂੰ ਕੋਈ ਸਰਦਾਰ ਭੀਖ ਮੰਗਦਾ ਨਜ਼ਰ ਨਹੀਂ ਆਇਆ। ਜਿਵੇਂ ਜਿਵੇਂ ਇਹ ਸਿੱਕਾ ਪੁਰਾਣਾ ਹੁੰਦਾ ਗਿਆ, ਮੇਰੇ ਦਿਲ ਵਿੱਚ ਸਰਦਾਰਾਂ ਲਈ ਸਨਮਾਨ ਵੱਧਦਾ ਗਿਆ।
ਹੁਣ ਮੈਨੂੰ ਇਸ ਸਿੱਕੇ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਮੈਨੂੰ ਪਤਾ ਲੱਗ ਚੁੱਕਿਆ ਕੌਣ ਹੁੰਦੇ ਨੇ ਸਰਦਾਰ।